ਨਾਮ ਆ ਪੁੱਤ ਤੇਰਾ? ਹੈ ਪੁੱਤ ਕੀ ਨਾਮ ਆ ਤੇਰਾ? ਪੁੱਤ ਕਿੱਥੋਂ ਛੱਡ ਕੇ ਗਏ, ਕੁਝ ਦੱਸਿਆ ਉਹਨਾਂ ਨੇ ਪੁਲਿਸ ਵਾਲਿਆਂ ਨੇ? ਉਹ ਕਹਿੰਦੇ ਸੀਗੇ ਹੰਬੜਾਣਾ ਦੀ ਪਰਮਿੰਦਰ ਭੈਣ ਸੀਗੀ ਵੀ ਉਹ ਉੱਥੇ ਪਿੰਡ ਦੀ ਤੇ ਉਹਨਾਂ ਨੂੰ ਮਿਲੀ ਸੀਗੀ ਭੈਣ ਤੇ ਉਹਨਾਂ ਨੇ ਹੰਬੜਾ ਚੌਂਕੀ 'ਚ ਮਤਲਬ ਕਿ ਉਹਨੂੰ ਬਚਾਤਾ। ਹਾਂਜੀ, ਤੇ ਹੰਬੜਾ ਚੌਂਕੀ ਵਾਲੇ ਨੇ ਦੂਸਰੇ ਦਿਨ ਫਿਰ DDR ਕੱਟ ਕੇ ਇਹਨਾਂ ਨੂੰ ਤਲਵੰਡੀ ਧਾਮ ਭੇਜਤਾ। ਤਲਵੰਡੀ ਧਾਮ ਇਹਨੇ ਸ਼ੀਸ਼ੇ ਸ਼ੂਸ਼ੇ ਤੋੜੇ ਭੱਜਣ ਦੀ ਕੋਸ਼ਿਸ਼ ਕੀਤੀ, ਉੱਥੋਂ ਆ ਚਾਕੂ ਮਾਰੇ ਸ਼ੀਸ਼ੇ ਦੇ, ਫਿਰ ਉਹਨਾਂ ਨੂੰ ਮੈਂਟਲੀ ਡਿਸਟਰਬ ਲੱਗੀ। ਉਹਨਾਂ ਨੇ ਸੰਗੀਤਾ ਮੈਡਮ ਨਾਲ ਗੱਲ ਕਰਕੇ ਤੇ ਇਹਨਾਂ ਦੇ ਓਡਰ ਇੱਥੇ ਦੇ ਕਰਤੇ। ਅੱਛਾ, ਫਿਰ ਇੱਥੇ ਲਿਆਏ ਤੇ ਇਹ ਭੈਣ ਬੋਲਦੀ ਵੀ ਨਹੀਂ, ਇਹਨੂੰ ਸੁਣਦਾ ਥੋੜਾ ਥੋੜਾ। ਆਵਾਜ਼ ਮਾਰੀ ਪਿੱਛੇ ਖੜ ਕੇ ਪੜ ਦੇਣਾ ਉਧਰ ਚੱਲ। ਹਾਂ ਭੈਣੇ, ਭੈਣੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੈਣੇ। ਤੇਰਾ ਨਾਂ ਕੀ ਭੈਣ? ਤੇਰਾ ਨਾਮ ਕੀ ਆ? ਨਾਮ ਤੇਰਾ ਲਿਖ ਕੇ ਦੱਸ। ਘਰੇ ਜਾਣਾ? ਘਰੇ ਚੱਲ, ਛੱਡ ਕੇ ਆਵਾਂ ਤੈਨੂੰ ਗੱਡੀ ਤੇ। ਟੀ 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 ਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਸਾਡੇ ਕੋਲ ਹੰਬੜਾਂ ਥਾਣੇ ਤੋਂ ਪੁਲਿਸ ਵਾਲੇ ਵੀਰ ਸਾਡੇ ਕੋਲ ਇਸ ਭੈਣ ਨੂੰ ਛੱਡ ਕੇ ਗਏ ਰਾਤ। ਕੱਲ੍ਹ ਅਸੀਂ ਆਪ ਕਿਤੇ ਬਾਹਰ ਗਏ ਹੋਏ ਸੀ ਪੇਸ਼ੈਂਟ ਨੂੰ ਲੈਣ, ਅੱਜ ਵੀ ਸਵੇਰ ਦੇ ਬਹੁਤ ਬਿਜ਼ੀ ਸੀਗੇ। ਹੁਣ ਤੁਹਾਡੇ ਨਾਲ ਵੀਡੀਓ ਰਾਹੀਂ ਸਾਂਝ ਪਾਉਣ ਲੱਗੇ ਹਾਂ ਇਸ ਭੈਣ ਦੀ। ਸਾਡੀ ਹੱਥ ਜੋੜ ਕੇ ਬੇਨਤੀ, ਇਸ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਪਹਿਲਾਂ ਤਾਂ, ਕਿਸੇ ਦੀ ਧੀ, ਕਿਸੇ ਦੀ ਭੈਣ, ਆਪਣੇ ਪਰਿਵਾਰ 'ਚ, ਆਪਣੇ ਉਹਨਾਂ ਆਪਣਿਆਂ 'ਚ ਪਹੁੰਚ ਜੂਗੀ ਜਿੱਥੋਂ ਇਹ ਕਿਤੇ ਨਾ ਕਿਤੇ ਵਿਛੜ ਕੇ ਆਈ ਹੈ। ਪੁਲਿਸ ਵਾਲੇ ਦੱਸਦੇ ਆ ਕਿਸੇ ਭੈਣ ਨੂੰ ਸੜਕ 'ਤੇ ਮਿਲੀ ਅਤੇ ਉਹ ਭੈਣ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਇਹਨੂੰ ਥਾਣੇ ਤੱਕ ਪਹੁੰਚਾਇਆ। ਪੁਲਿਸ ਥਾਣੇ ਵਾਲੇ ਵੀਰਾਂ ਨੇ ਇਹਨੂੰ ਉੱਥੋਂ ਬਾਲ ਘਰ ਦੇ ਵਿੱਚ ਪਹੁੰਚਦਾ ਕਰਤਾ। ਬਾਲ ਘਰ ਦੇ ਵਿੱਚ ਜਿੱਥੇ ਤਲਵੰਡੀ ਧਾਮ ਸਾਡੇ ਕੁਲਦੀਪ ਵੀਰੇ ਹੁਣੀ ਸੇਵਾ ਕਰਦੇ ਨੇ, ਉੱਥੇ ਉਹ ਬੱਚਿਆਂ ਨੂੰ ਰੱਖਦੇ ਨੇ, ਸੰਭਾਲਦੇ ਨੇ। ਪਰ ਉੱਥੇ ਜਾ ਕੇ ਜਦੋਂ ਭੈਣ ਨੇ ਭੰਨ ਤੋੜ ਕਰਨ ਸ਼ੁਰੂ ਕਰਤੀ, ਗੁੱਸਾ ਕਰਨਾ ਸ਼ੁਰੂ ਕਰਤਾ, ਉੱਥੇ ਨਿੱਕੇ ਨਿੱਕੇ ਬੱਚੇ ਨੇ, ਕੁਛ ਜਿਹੜੇ ਕੁਛ ਮਹੀਨਿਆਂ ਦੇ ਆ, ਕੁਛ ਦਿਨਾਂ ਦੇ ਆ, ਕੁਛ ਸਾਲਾਂ ਦੇ, ਛੋਟੇ ਛੋਟੇ ਬੱਚੇ ਬੱਚੀਆਂ, ਤਾਂ ਫਿਰ ਉਹਨਾਂ ਨੇ ਇੱਥੇ ਸਾਡੇ ਕੋਲ ਰੈਫਰ ਕਰਤਾ। ਅਤੇ ਫਿਰ ਹੈਂ ਕਿੱਥੇ ਤੇਰਾ ਘਰ? ਕਿੱਥੇ ਆ? ਕਿੱਥੇ ਲਿਖ ਕੇ ਦੱਸਦੇ ਤੇ ਫਿਰ ਆਪੇ ਚਲੇ ਜਾਏਗੀ। ਨਹੀਂ ਜਾ ਹੋਣਾ ਤੇ ਤੋਂ, ਤੂੰ ਸਾਡੇ ਨਾਲ ਚੱਲ, ਪੀ ਤੇ ਚੱਲਦੇ ਆ, ਦੱਸ ਕਿੱਥੇ ਜਾਣਾ? ਤੈਨੂੰ ਘਰੇ ਛੱਡ ਦਾਂਗੇ। ਰਸਤਾ ਪਤਾ ਕਿੱਧਰ ਨੂੰ ਜਾਣਾ ਦੱਸ। ਉਹ ਮਾਂ, ਮਾਂ ਹੈਗੀ ਆ? ਆਰਤੀ ਚੌਂਕ ਆ ਗਿਆ। ਆਰਤੀ ਚੌਂਕ ਤੋਂ ਉੱਧਰ ਨੂੰ ਮੁੜ ਗਏ, ਫਾਰਾ ਚੌਂਕ ਆ ਗਿਆ। ਫਾਰਾ ਚੌਂਕ ਤੋਂ ਆਪਾਂ ਮੁੜ ਗਏ ਭਾਰਤ ਨਗਰ ਚੌਂਕ ਨੂੰ, ਉੱਥੋਂ ਮੁੜ ਗਏ ਆਪਾਂ ਘੰਟਾ ਘਰ ਨੂੰ, ਘੰਟਾ ਘਰ ਤੋਂ ਆਪਾਂ ਮੁੜ ਗਏ ਸਲੇਮ ਟਾਵਰੀ ਨੂੰ। ਅੱਛਾ, ਇੱਧਰ ਨੂੰ ਆਪਾਂ ਚਲੇ ਗਏ ਫੇਰੂਮਾਨ ਗੁਰਦੁਆਰੇ, ਚੌੜੇ ਬਾਜ਼ਾਰ, ਸਲੇ ਆਪਣੇ ਹੋ ਗਿਆ CMC ਹਸਪਤਾਲ, CMC ਹੋਸਪਿਟਲ, ਫੀਲਡ ਗੰਜ, ਇਸਲਾਮਗੰਜ, ਮਨਜੀਤ ਨਗਰ, ਇੰਜਨ ਸ਼ੈੱਡ, ਹੈਂ ਫੌਜੀ ਮਹੱਲਾ, ਨਾਲੀ ਮਹੱਲਾ,
ਸਲੇਮ ਟਾਵਰੀ ਨਹੀਂ ਪਤਾ, ਆਰਤੀ ਚੌਂਕ, ਭਾਰਤ ਨਗਰ ਚੌਂਕ, ਬੱਸ ਅੱਡਾ, ਚੌੜਾ ਬਾਜ਼ਾਰ, ਘੰਟਾ ਘਰ, ਥਾਨ ਸਿੰਘ ਚੌਂਕ, ਸਮਰਾਲਾ ਚੌਂਕ, ਭਾਈਵਾਲਾ ਚੌਂਕ, ਢੋਲੇਵਾਲ ਚੌਂਕ, ਚੀਮਾ ਚੌਂਕ, ਯੋਧਿਆਲ ਬਸਤੀ ਚੌਂਕ, ਰਾਹੋਂ ਰੋਡ, ਜਲੰਧਰ ਬਾਈਪਾਸ, ਨਹੀਂ ਪਤਾ ਲੱਗ ਰਿਹਾ, ਸ਼ਿਮਲਾਪੁਰੀ, ਡਾਬਾ, ਲਹਾਰਾ, ਗਿੱਲਾਂ, ਗੁਰਦੇਵ ਨਗਰ, ਸਰਾਭਾ ਨਗਰ, ਬੀ ਆਰਸ ਨਗਰ, ਰਾਜਗੁਰੂ ਨਗਰ, ਅਮਨ ਪਾਰਕ, ਭੈਣੇ ਕੁਛ ਵੀ ਸਮਝ ਨਹੀਂ ਆ ਰਹੀ, ਯੰਗ ਕੁੜੀ ਹੈ ਬਿਲਕੁਲ, ਨੌਜਵਾਨ, ਇੱਥੇ ਐਨ ਬਣੀ ਹੋਈ ਹੱਥ ਦੇ ਉੱਤੇ, 25 ਸਾਲ ਦੇ ਆਸ ਪਾਸ ਉਮਰ ਲੱਗਦੀ ਹੈ ਭੈਣ ਦੀ, ਇੱਥੇ ਲਿਖਿਆ ਮੋਮ ਡੈਡ, ਇੱਥੇ ਸਟਾਰ ਬਣੇ ਹੋਏ 3 ਅਤੇ ਇੱਧਰ ਐਨ ਬਣੀ ਹੋਈ ਹੈ, ਇਹਦੇ ਵੀ ਬਣਿਆ ਹੋਇਆ, ਕੋਈ ਨਾ ਮੇਰੀ ਭੈਣ, ਮਾਤਾ ਰਾਣੀ ਦੀ ਇਹਨੇ ਉਹ ਪਾਈ ਹੋਈ ਹੈ, ਤਬੀਤ ਪਾਇਆ ਹੋਇਆ, ਚਾਂਦੀ 'ਚ ਪਵਾਇਆ ਹੋਇਆ ਕੋਈ ਦਿਮਾਗ ਤੋਂ, ਕੋਈ ਨਾ ਬਾਬਾ ਜੀ ਮਿਹਰ ਕਰਨ ਲਈ, ਮਸਜਿਦ ਜਾਂਦੀ ਹੈ, ਮਸਜਿਦ ਜਾਂ ਮੰਦਰ, ਇੱਧਰ ਮੰਦਰ ਘਰ ਲੱਭ ਲੈਣਾ ਤੇਰਾ ਘਰ, ਤੈਨੂੰ ਘਰੇ ਮੈਂ ਭੇਜੂੰਗਾ, ਪ੍ਰੋਮਿਸ, ਅਤੇ ਪਲੀਜ਼ ਕੁਛ ਨਹੀਂ ਕਰਨਾ, ਕੋਈ ਕਿਰਾਇਆ ਨਹੀਂ ਦੇਣਾ ਇਹਨੂੰ, ਕੋਈ ਕਿਸੇ ਨੇ ਜਾ ਕੇ ਛੱਡ ਕੇ ਨਹੀਂ ਆਉਣਾ ਇਹਨੂੰ, ਬਸ ਇੱਕ ਵੀਡੀਓ ਸ਼ੇਅਰ ਕਰਨੀ ਹੈ, ਤੁਹਾਡੀ ਸ਼ੇਅਰ ਕੀਤੀ ਵੀਡੀਓ ਇਸ ਬੱਚੀ ਨੂੰ, ਇਸ ਭੈਣ ਨੂੰ, ਇਸ ਧੀ ਨੂੰ, ਇਸ ਆਪਣੇ ਪਰਿਵਾਰ ਤੋਂ ਵਿਛੜੀ ਹੋਈ ਇੱਕ ਔਰਤ ਨੂੰ ਇਹਦੇ ਘਰ ਪਹੁੰਚਾ ਸਕਦੀ, ਬਸ ਸ਼ੇਅਰ ਕਰਦੇ, ਅਤੇ ਜੇ ਕੋਈ ਪਹਿਚਾਣਦੇ ਹੋ ਤਾਂ ਹੇਠਾਂ ਦਿੱਤੇ ਨੰਬਰਾਂ 'ਤੇ ਫੋਨ ਕਰਕੇ ਸੰਪਰਕ ਕਰਕੇ ਜਾਣਕਾਰੀ ਸਾਂਝੀ ਕਰ, ਧੰਨਵਾਦ ਆ ਉਹ ਭੈਣ ਦਾ ਕੀ ਨਾਂ ਸੀ, ਪਰਮਿੰਦਰ ਕੌਰ, ਜਿਹੜੀ ਇਸ ਭੈਣ ਨੂੰ ਸੜਕ ਤੋਂ ਲੈ ਕੇ ਉੱਥੇ ਤੱਕ ਪਹੁੰਚਦਾ ਕਰਕੇ ਗਈ, ਉਹਨਾਂ ਵੀਰਾਂ ਦਾ, ਪੰਜਾਬ ਪੁਲਿਸ ਦੇ ਨੌਜਵਾਨਾਂ ਦਾ ਜਿਨ੍ਹਾਂ ਨੇ ਪਹਿਲਾਂ ਬਾਲ ਘਰ ਪਹੁੰਚਦਾ ਕੀਤਾ, ਫਿਰ ਉੱਥੋਂ ਦੁਬਾਰਾ ਇੱਥੇ ਪਹੁੰਚਦਾ ਕੀਤਾ, ਅਤੇ ਹੁਣ ਧੰਨਵਾਦ ਤੁਹਾਡਾ ਹੋਊਗਾ ਵੀ ਇਸ ਧੀ ਨੂੰ ਉਸ ਘਰ ਪਹੁੰਚਦੇ ਕਰੋਗੇ ਜਿਸ ਘਰ ਦੀ ਹੈ, ਤੇਰਾ ਲਿਖ ਕੇ ਦੱਸ ਦੇ, ਘਰੇ ਜਾਣਾ ਘਰੇ, ਚੱਲ ਛੱਡ ਕੇ ਆਵਾਂ ਤੈਨੂੰ ਗੱਡੀ 'ਤੇ, ਟੀ 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 ਟੀ, ਚੱਲੀਏ ਪੈਨ ਲਿਆ ਕੇ ਦੇ, ਚੱਲ ਫਿਰ ਚੱਲੀਏ, ਲਿਖਾ ਦੇ ਐਡਰੈਸ, ਲਿਖਾ ਦੇ ਇੱਥੇ, ਲਿਖ ਦੇ ਨਾਮ, ਲਿਖ ਦੇ ਤੂੰ ਨਾਮ, ਲਿਖ ਦੇ ਆਪਦਾ, ਲਿਖ ਦੇ ਨਾਮ, ਹਾਂ ਲਿਖ ਦੇ ਨਾਮ, ਕੀ ਲਿਖਿਆ ਨੀ ਪਤਾ, ਨਾਮ ਬਣਦਾ ਕੁਛ ਤਾਂ ਤੂੰ
ਸਾਂਭੀ ਲੈਂਦੇ ਆ ਅਤੇ ਮੰਮਾ ਵਾ ਤੱਤਾ ਨਾਲੇ ਉਹ ਕ ਜਿਹੜੇ ਤੱਤਾ ਬਣਾ ਮਮਤਾ ਤਾਂ ਨਹੀਂ ਕਰ ਰਹੀ ਨਹੀਂ ਬਾਈ ਉਹ ਪੂਰੇ ਕੁਛ ਚੱਲ ਲਿਖ ਲੈ ਮਤ ਮੁੰ ਕੁਛ ਨੰਬਰ ਲਿਖਤਾ ਨੰਬਰ ਨੰਬਰ ਮੋਬਾਈਲ ਨੰਬਰ ਇਹ ਲਿਖਿਆ ਭੈਣ ਨੇ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਏ ਐਨ ਐਮ ਐਚ ਆਈਡੀ ਸਰਚ ਕਰਦੇ ਆ ਇੱਥੇ